ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੋਸ਼ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ। ਅਸੀਂ ਤਾਂ ਇੱਥੇ ਬੈਠੇ ਹਾਂ ਆਪਣੇ ਰੈਸਟੋਰੈਂਟ ਦੇ ਵਿੱਚ ਵਿਲਾ ਮਾਲਾ। ਤੁਹਾਨੂੰ ਇੱਕ ਬਹੁਤ ਹੀ ਵਧੀਆ ਬੰਦੇ ਨਾਲ ਮਿਲਾਉਣ ਜਾ ਰਹੇ ਹਾਂ। ਨਾਮ ਉਹਨਾਂ ਦਾ ਨਾਂ ਹੈਗਾ ਮੁਸਾਫਰ ਬਾਈ, ਮੁਸਾਫਰ ਹੈ ਨਾ ਜੀ, ਮੁਸਾਫਰ। ਮੈਂ ਟਰਾਈ ਕਰਦਾ ਸਹੀ ਨਾਮ ਲਵਾਂ। ਤੁਹਾਨੂੰ ਦੱਸਣਾ ਜੀ, ਜਿਹੜੇ ਆਪਣੇ ਵੀਰ ਜਿੰਨੇ ਵੀ ਆ ਵੇਟ ਕਰ ਰਹੇ ਸੀਗੇ, ਤੁਸੀਂ ਮੈਨੂੰ ਪੁੱਛ ਰਹੇ ਸੀਗੇ ਤੁਹਾਡਾ ਜਿਨ੍ਹਾਂ ਦੇ ਕੋਲ ਪੋਲੈਂਡ ਦਾ ਲਾਈਸੈਂਸ ਹੈ, ਲਿਥੁਆਨੀਆ ਦਾ ਲਾਈਸੈਂਸ ਹੈ, ਲੈਟਵੀਆ ਦਾ, ਜਾਂ ਤੁਸੀਂ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਤੁਹਾਡੇ ਕੋਲ ਲਾਈਸੈਂਸ ਹੈ ਪਰ ਤੁਹਾਡੇ ਕੋਲ ਰੈਜੀਡੈਂਸੀ ਜਿਹੜੀ ਆ ਪੋਰਚੁਗੀਜ਼ ਆ, ਰਾਈਟ। ਤੁਸੀਂ ਕੰਮ ਕਰ ਸਕਦੇ ਜਾਂ ਨਹੀਂ ਕਰ ਸਕਦੇ। ਆਪਾਂ ਹੁਣ ਪ੍ਰੈਕਟੀਕਲ ਇਗਜ਼ੈਂਪਲ ਸਾਡੇ ਕੋਲ ਸੈੱਟ ਹੈ ਜੀ, ਜਿਹੜੇ ਬੰਦੇ ਤੁਹਾਡੇ ਸਾਹਮਣੇ ਕਰ ਰਹੇ ਹੋ ਉਹ ਤੁਹਾਨੂੰ ਸਾਰੀ ਗੱਲ ਦੱਸੂਗੇ ਕਿ ਤੁਸੀਂ ਕੰਮ ਕਰ ਸਕਦੇ ਜਾਂ ਨਹੀਂ ਕਰ ਸਕਦੇ, ਕਿਹੜੀ ਗੱਲ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ, ਕਿੱਦਾਂ ਕੰਮ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ, ਰਾਈਟ। ਅਤੇ ਤੁਹਾਡੇ ਸਾਹਮਣੇ ਕਰਨ ਜਾ ਰਹੇ, ਉਹਨਾਂ ਦਾ ਨਾਮ ਹੈਗਾ ਮੁਜ਼ੱਫਰ ਬਾਈ। ਇਹ ਆਪਣੇ ਵੀਰ ਹੈਗੇ ਆ ਪਾਕਿਸਤਾਨ ਤੋਂ, ਪੰਜਾਬ ਪਾਕਿਸਤਾਨ ਨਨਕਾਣਾ ਸਾਹਿਬ ਦੇ ਲਾਗੇ ਇਹਨਾਂ ਦਾ ਘਰ ਆ ਜੀ। ਅਤੇ ਇਹ ਨਨਕਾਣਾ ਸਾਹਿਬ ਜਾਂਦੇ ਰਹਿੰਦੇ, ਹੁਣ ਸਾਡੀ ਕਿਸਮਤ 'ਚ ਨਹੀਂ ਸੀਗਾ ਇਹ, ਅਸੀਂ ਇਹਨਾਂ ਨੂੰ ਹੀ ਆਪਣੇ ਨਨਕਾਣਾ ਸਾਹਿਬ ਦੀ ਇਮੇਜ ਦੇਖ ਕੇ ਇੱਕ ਜਿੱਦਾਂ ਦਰਸ਼ਨ ਕਰਨ ਦਾ ਹਿਸਾਬ ਲਾ ਲਓ ਵੀ ਅਸੀਂ ਇਹਨਾਂ ਦੇ ਰੂਪ ਦੇ ਵਿੱਚੋਂ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਜੀ। ਹਾਂਜੀ ਹਾਂਜੀ, ਅਤੇ ਤੁਹਾਨੂੰ ਹੁਣ ਮਿਲਾਉਣ ਜਾ ਰਹੇ ਹਾਂ ਜੀ। ਇਨਸ਼ਾਅੱਲਾ ਆਪਣੇ ਵੀਰ ਜਿਹੜੇ ਆ ਬਹੁਤ ਵਧੀਆ ਸੁਭਾਅ ਇਹਨਾਂ ਦਾ, ਬੜਾ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ। ਲੱਗਾ ਹੀ ਨਹੀਂ ਵੀ ਇਹ ਆਪਾਂ ਮਤਲਬ ਕਿ ਇੱਕ ਦੋ ਸਰਹੱਦਾਂ ਜਿਹੜੀਆਂ ਆ ਪਾਰ ਕੀਤੀਆਂ ਗੌਰਮੈਂਟਾਂ ਦੇ ਕਰਕੇ ਆ ਜੀ, ਇੱਕ ਇਹ ਗੱਲਾਂ ਬਹੁਤ ਦੂਰ ਹੈ ਜੀ। ਲੱਗਾ ਹੀ ਨਹੀਂ ਵੀ ਆਪਾਂ ਕਿਸੇ ਹੋਰ ਕੰਟਰੀ 'ਚੋਂ ਆ। ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਜੀ, ਇਹਨਾਂ ਦਾ ਨਾਮ ਹੈਗਾ ਆ ਮੁਜ਼ੱਫਰ ਬਾਈ। ਹਾਂਜੀ, ਅਤੇ ਬੜਾ ਵਧੀਆ ਲੱਗਾ ਇਹਨਾਂ ਨਾਲ ਗੱਲ ਕਰਕੇ। ਮੇਰੇ ਜਾਨ, ਤੁਸੀਂ ਦੱਸੋ ਵੀ ਤੁਹਾਡੇ ਜਿਹੜੇ ਆਪਣੇ ਵੀਰ ਇਨਸ਼ਾਅੱਲਾ ਜਿਹੜੇ ਪਤਾ ਕਰ ਰਹੇ ਪੁੱਛ ਰਹੇ ਆ ਵੀ ਤੁਹਾਨੂੰ ਉਹਨਾਂ ਕੋਲ ਲਾਈਸੈਂਸ ਹੈਗਾ ਆ ਲਿਥੁਆਨੀਆ ਦਾ, ਪੋਲੈਂਡ ਦਾ, ਉਹ ਕੰਮ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਤੁਸੀਂ ਕਿੱਦਾਂ ਕੀ ਐਡਵਾਈਸ ਕਰੋਗੇ, ਤੁਸੀਂ ਕਿੱਦਾਂ, ਤੁਸੀਂ ਤੁਹਾਡੇ ਕੋਲ ਕਿਹੜਾ ਲਾਈਸੈਂਸ ਹੈ, ਕਿੱਥੇ ਦੀ ਰੈਜੀਡੈਂਸ ਹੈ, ਥੋੜ੍ਹਾ ਜਿਹਾ ਸ਼ੇਅਰ ਕਰੋ ਤੁਸੀਂ ਆਪਣੀ ਸਟੋਰੀ। ਚਲੋ, ਫਸਟ ਆਫ ਆਲ ਤਾਂ ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਲਾਮ ਜੀ। ਅਤੇ ਮੈਂ ਬੇਸਿਕਲੀ ਸਟੂਡੈਂਟ ਆਇਆ ਸੀਗਾ ਲਾਤਵੀਆ ਦੇ ਵਿੱਚ, ਅਤੇ ਥੋੜ੍ਹਾ ਜਿਹਾ ਲੈਕ ਆਫ ਇਨਫੋਰਮੇਸ਼ਨ ਦੀ ਵਜ੍ਹਾ ਤੋਂ ਮੈਂ ਜ਼ਰਾ ਲੇਟ ਪੁਰਤਗਾਲ ਐਂਟਰੀ ਮਾਰੀ ਆਪਣੀ, ਅਤੇ ਲੇਕਿਨ ਇਹ ਆ ਕਿ ਮੈਂ ਉੱਥੇ ਆਪਣਾ ਟਾਈਮ ਨਹੀਂ ਜ਼ਾਇਆ ਕੀਤਾ। ਆਪਣੀ ਜਿਹੜੀ ਮੇਰੀ ਡਿਗਰੀ ਸੀ ਉਹਦੇ ਨਾਲ ਨਾਲ ਮੈਂ ਇੱਕ ਅਲੱਗ ਡਿਗਰੀ, ਇਹ ਸਕੋਪ ਸੀਗਾ ਇਸ ਚੀਜ਼ ਦਾ, ਮੈਂ ਇਸ ਚੀਜ਼ ਦਾ ਅੱਛਾ ਸਕੋਪ ਸੀਗਾ। ਮੈਂ ਕੁਛ ਦਿਨਾਂ ਦੇ ਵਿੱਚ ਹੀ ਇਹਨਾਂ ਨੂੰ ਨਾ ਓਬਜ਼ਰਵ ਕਰਕੇ ਅਤੇ ਮੈਂ ਇਹਦੀਆਂ ਕਲਾਸਿਸ ਵਗੈਰਾ ਸ਼ੁਰੂ ਕਰ ਲਈਆਂ। ਠੀਕ ਆ। ਤੁਸੀਂ ਪਹਿਲਾਂ ਕਿਹੜੀ ਕੰਟਰੀ 'ਚ ਆਏ ਸੀ? ਮੈਂ ਲਟਵੀਆ 'ਚ ਆਇਆ ਸੀਗਾ। ਹਾਂਜੀ, ਅਤੇ ਯੂਰਪੀਅਨ ਕੰਟਰੀ ਸ਼ੈਂਜਨ 'ਚ, ਸ਼ੈਂਜਨ ਐਂਡ ਯੂਰਪੀਅਨ ਦੋਨੇ, ਅਤੇ ਉਹਦਾ ਲਾਈਸੈਂਸ ਪੂਰੀ ਯੂ ਦੇ ਵਿੱਚ ਵੈਲਿਡ ਆ। ਤੁਸੀਂ ਤੁਹਾਡੇ ਕੋਲ ਬੀ ਕੈਟਾਗਰੀ ਆ, ਸੀ ਆ, ਕੋਈ ਵੀ ਆ, ਤੁਸੀਂ ਕਿਤੇ ਵੀ ਫਰੀਲੀ ਡਰਾਈਵ ਕਰ ਸਕਦੇ ਹੋ। ਹੁਣ ਜਿਸ ਤਰ੍ਹਾਂ ਮੇਰੇ ਕੋਲ ਪੁਰਤਗਾਲ ਦੀ ਰੈਜੀਡੈਂਸੀ ਆ, ਪੁਰਤਗਾਲ ਦੀ ਰੈਜੀਡੈਂਸੀ ਲੈਣ ਤੋਂ ਬਾਅਦ ਮੈਂ ਉਹਨੂੰ ਚੇਂਜ ਵੀ ਕਰਵਾ ਸਕਦਾ ਵਾਂ, ਲੇਕਿਨ ਇਟਸ ਅਪ ਟੂ ਵਿਸ਼। ਅਗਰ ਮੇਰੀ ਵਿਸ਼ ਨਹੀਂ ਆ, ਮੈਂ ਨਹੀਂ ਚੇਂਜ ਵੀ ਕਰਾਵਾਂਗਾ। ਜਿੰਨੀ ਦੇਰ ਤੱਕ ਉਹ ਵੈਲਿਡ ਆ ਚੱਲੇਗਾ ਚੱਲੇਗਾ। ਹਾਂਜੀ, IMT ਦੀ ਵੈਬਸਾਈਟ ਦੇ ਉੱਤੇ ਕਲੀਅਰਲੀ ਲਿਖਿਆ ਵਾ, ਮੈਂ ਬਾਈ ਫਿਜ਼ੀਕਲੀ ਜਾ ਕੇ ਇਨਫੋਰਮੇਸ਼ਨ ਵੀ ਲਈ ਕਿ ਜਿੰਨੀ ਦੇਰ ਤਾਈਂ ਮੇਰਾ ਲਾਈਸੈਂਸ ਵੈਲਿਡ ਆ ਮੈਂ ਉਨੀ ਦੇਰ ਤੱਕ ਡਰਾਈਵ ਕਰ ਸਕਦਾ। ਕੋਈ ਕੰਪਲਸਰੀ ਨਹੀਂ ਹੈ, ਕੋਈ ਮੇਰੇ ਨੂੰ ਫੋਰਸ ਨਹੀਂ ਆ ਕਿ ਮੈਂ ਉਹਨੂੰ ਚੇਂਜ ਕਰਾਂ, ਬਟ ਮੇਰੀ ਅਗਰ ਖੁਆਇਸ਼ ਹੈ ਮੈਂ ਚੇਂਜ ਕਰ ਸਕਦਾ। ਹਾਂਜੀ ਹਾਂਜੀ। ਅਤੇ ਜਿਹੜੇ ਲੋਕ ਤੁਹਾਡੇ ਵਲੋਗ ਦੇ ਥਰੂ ਜਾਣਦੇ ਆ ਕਿ ਲਟਵੀਆ ਲਿਥੁਆਨੀਆ ਹੋ ਰਹੇ ਆ, ਉਹਨਾਂ ਨੂੰ ਪਤਾ ਵਾ ਉਸ ਉੱਥੋਂ ਲਾਈਸੈਂਸ ਲੈਣਾ, ਉੱਥੇ ਵੀ ਇੱਕ ਪ੍ਰੋਪਰ ਪ੍ਰੋਸੀਜਰ, ਕੰਪੀਟੀਸ਼ਨ, ਹਰ ਚੀਜ਼। ਯੂਰੋਪੀਅਨ ਲਾਈਸੈਂਸ ਹੈ ਜੀ, ਹਰੇਕ ਬਿਊਰੋਕਰੇਸੀ ਹੈਗੀ ਆ। ਹਾਂਜੀ, ਇਹਨਾਂ ਨੂੰ ਯੂਰੋਪੀਅਨ ਲਾਈਸੈਂਸ ਲੈਣਾ ਕਿਤੇ ਵੀ ਮੁਸ਼ਕਿਲ ਨਹੀਂ ਆ, ਜਿੱਥੇ ਤੱਕ ਮੈਨੂੰ ਲੱਗਾ ਵਾ, ਚਾਹੇ ਉਹ ਲਟਵੀਆ ਵਾ, ਚਾਹੇ ਉਹ ਪੁਰਤਗਾਲ ਆ, ਚਾਹੇ ਜਰਮਨੀ ਆ। ਫੋਕਸ ਹੋਣਾ ਚਾਹੀਦਾ। ਹਾਂ, ਤੁਹਾਡਾ ਫੋਕਸ ਹੋਣਾ ਚਾਹੀਦਾ, ਤੁਹਾਡੇ ਅੰਦਰ ਇੱਕ ਜਿਹੜੇ ਉਹ ਕਹਿੰਦੇ ਨਾ ਇੱਕ ਵਿਲ ਹੋਣੀ ਚਾਹੀਦੀ ਆ ਕਿ ਯਾਰ ਆਹ ਚੀਜ਼ ਮੈਂ ਕਰਨੀ ਆ, ਹੋ ਜਾਂਦੀ ਆ, ਕੋਈ ਵੀ ਆ ਦੁਨੀਆਂ 'ਚ ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਆ। ਅਪਰਚੁਨਿਟੀ ਆ ਵੀ ਜਿੰਨਾ ਕੰਮ ਵਧੀਆ ਮਿਲਦਾ ਨਾਲ ਪੈਸੇ ਵਧੀਆ ਮਿਲਦੇ। ਪੈਸੇ ਦਾ ਆਪਾਂ ਜ਼ਿਕਰ ਨਹੀਂ ਕਰਨਾ ਕਿਉਂਕਿ ਕਿਲੋਮੀਟਰ ਦੇ ਹਿਸਾਬ ਨਾਲ ਅਪ ਡਾਊਨ ਹੁੰਦੇ ਰਹਿੰਦੇ ਆ। ਹਾਂ ਨਹੀਂ, ਉਹ ਹਾਂਜੀ ਇੱਕ ਮਤਲਬ ਐਸੀ ਇੰਡਸਟਰੀ ਹੈ ਜਿਹਦੇ ਵਿੱਚ ਤੁਸੀਂ ਜੂ ਹੀ ਪੈਰ ਰੱਖੋਗੇ ਨਾ, ਤੁਸੀਂ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ ਅੱਛੀ ਤਰ੍ਹਾਂ ਆਪਣੀ ਮਤਲਬ ਸਪੋਰਟ ਕਰ ਸਕੋਗੇ। ਅਤੇ ਇਹਦੇ ਵਿੱਚ
ਸਮੇਂ ਲੋਕ ਕੁਛ ਦੇ ਰਹੀ ਆ ਐਕਸਪੀਰੀਅੰਸ ਦੇ ਵਿੱਚ ਡੈਜ਼ੀਗਨੇਸ਼ਨ ਫਸਟ ਸੈਕਿੰਡ ਦਾ ਲੇਕਿਨ ਕੁਛ ਲੋਕ ਡਰਦੇ ਆ ਆਊਟ ਆਫ ਫੈਮਿਲੀ ਬੜੀ ਦੇਰ ਰਹਿਣਾ ਪੈਂਦਾ ਵਾ ਜਾਂ ਮਤਲਬ ਅਸੀਂ ਹੁਣ ਰੀਸੈਂਟਲੀ 15 ਦਿਨ ਕੱਟ ਕੇ ਅਸੀਂ ਤਕਰੀਬਨ 7-8 ਦਿਨ ਘਰ ਵੀ ਰਾ ਕੇ ਆਏ ਠੀਕ ਆ ਇਹ ਨਹੀਂ ਇੰਨੀ ਕੋਈ ਮਤਲਬ ਡਿਫੀਕਲਟੀਜ਼ ਨਹੀਂ ਆ ਹਾਂ टैक्सी पा वा चलो असि जो लाइफ देखते हैं भी साड़ी आपां कंपनी नूं ब्लेम नहीं कर सकते भी असि 15 दिन बाहर रहने जे असि 15 दिन बाहर रहने तो उहदे सानूं बेनीफिट्स ते जिहड़ी इनकम आ ते जिहड़ा 5-5, 7-7 दिन घर रहना फिर कंपनी साढ़े करके 200-300 किलोमीटर ट्रक घर भेज देंगी है तुम जाओ अपने घर फिर साड़ी कंपनी हाँ इस चीज़ वेख के सानू कोई फील नहीं होता 15 दिन बाहर रहना बिकॉज जी असं पूरा इंजॉय करी लाइफ सही गल है कोई मालक किसी होर फर्म का ट्रेन से घर जाने सू टिकट नहीं लैके दिता तो सानू फुल ट्रैक्टर ट्रेलर देता जाओ घर जाओ इतने ठीक है और 7 दिन गड्डी बाउंड भी रही है देखो किड्डी वड्डी गल ठीक है मैं इस चीज़ का बड़ा इंप्रैस होया वा और यूरोप के बच्चे चीज़ा जड़िया ना बहुत अच्छी फर्म्स जड़िया वा वो अपने जड़े असी पार्टनर जी समझ लो हाँ बहुत केयर करते लाइफ केयर रिलेटिड ही अगर बंदा गल करे अपने को जी अपरचुनिटी है टैकोग्राफ की सर वो अगर यूरोप के ना सिर्फ वो सिर्फ थोड़ी लाइफ में सिक्योर कर दी देखो एक थोड़ा स्कैजुअल बनया हों पूरे दिन के सौन का जागण का कम कर बड़ा टाइम मिल रहा हों ड्राइविंग के नाल थोड़ी अपनी लाइफ केयर का तुम्हें बड़ा टाइम मिल रहा हों तुम अपनी हैल्थ मेनटेन कर बड़ा टाइम मिल रहा हों अगर असी कंपेरेटिवली देखिए इंडिया पाकिस्तान इतने एक सूकर गड्डी हिला नहीं सकते अगे पिछे नहीं कर सकते असी ठीक है जी बोर्ड ये जड़ा वा ना स्ट्रिक्ट ला और ये मैनू अच्छा लगा इरीटेट करता सम टाइम लेकिन मैनू बहुत अच्छा लगा क्योंकि हाँ बिल्कुल ये थोड़ी एक्सीडेंटल रेशो बहुत घट गई पूरे यूरोप के देखो एक तो जिन्हें भी ड्राइवर आ रहे ना जिन्हें भी ड्राइवर आ रहे ना बड़े कंपीटेंट आ रहे हैं तुसी अगर ड्राइविंग लाइसेंस लिया ना तुसी इलीजिबल होए हो तो उन्होंने तुम्हें दिता वा अदरवाइज नहीं मिले ठीक है यूरोप मैंने इन चीज़ें अगर तुम कंपैटिबल हो तो इलीजिबल होए हो किसी चीज़ लिए तो उस चीज़ को रन करोगे अच्छे तरीके करोगे ठीक है और इस चीज़ के मज़ा भी आऊगा ਤੁਹਾਨੂੰ ਤੁਹਾਡੀ ਫੈਮਿਲੀ ਨੂੰ ਤੁਹਾਡੇ ਮਤਲਬ ਅਗਰ ਤੁਸੀਂ ਰੋਡ 'ਤੇ ਚੜ੍ਹੇ ਹੋ ਦੂਸਰੇ ਰੋਡ ਯੂਜ਼ਰ ਵੀ ਤੁਹਾਡੇ ਤੋਂ ਸੇਫ ਰਹਿਣਗੇ ਮਤਲਬ ਤੁਸੀਂ ਉਹਨਾਂ ਦਾ ਵੀ ਖਿਆਲ ਕਰੋਗੇ ਇਹ ਚੀਜ਼ ਅੱਛੀ ਲੱਗੀ ਆ ਠੀਕ ਆ ਬਾਕੀ ਮੈਂ ਆਪਣੀ ਕਮਿਊਨਿਟੀ ਨੂੰ ਇਹ ਕਹਿਣਾ ਚਾਹਾਂਗਾ ਕਿ ਡਿਫੀਕਲਟ ਚੀਜ਼ ਨਹੀਂ ਆ ਇਹਦੀ ਤਰਫ ਇੱਕ ਆਪਣਾ ਰੁਝਾਨ ਬਣਾਓ ਠੀਕ ਆ ਅਤੇ ਚਾਹੇ ਵਲੌਗ ਦੇ ਥਰੂ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਮਿਲੇ ਇਹਦੀ ਇਨਫੋਰਮੇਸ਼ਨ ਲਓ ਔਰ ਇਸ ਫੀਲਡ ਦੇ ਵਿੱਚ ਇਹਨਾਂ ਹੋਵੋ ਇੱਕ ਡਿਫਰੈਂਟ ਐਜ਼ ਏ ਡਿਫਰੈਂਟ ਸਕਿੱਲ ਕਿਉਂਕਿ ਅਸੀਂ ਆਉਂਦੇ ਹਾਂ ਪਾਕਿਸਤਾਨ ਇੰਡੀਆ ਜਾਂ ਮਤਲਬ ਬੰਗਲਾਦੇਸ਼ ਵਗੈਰਾ ਕਿਤੇ ਵੀ ਮੂਵ ਹੁੰਦੇ ਹਾਂ ਨਾ ਅਸੀਂ ਫਸਟ ਆਫ ਆਲ ਇਹੀ ਸਾਡਾ ਆਲ ਟਾਈਮ ਇਹੀ ਕਰੇਜ਼ ਹੁੰਦਾ ਕਿ ਯਾਰ ਵੀਜ਼ਾ ਲੱਗ ਜਾਏ ਬਸ ਅਸੀਂ ਪਹੁੰਚ ਜਾਈਏ ਵੀਜ਼ਾ ਲੱਗ ਜਾਏ ਪਹੁੰਚ ਜਾਈਏ ਉਸ ਕਰੇਜ਼ ਦੇ ਦੌਰਾਨ ਅਗਰ ਅਸੀਂ ਲੈਂਗੁਏਜ 'ਤੇ ਫੋਕਸ ਕਰੀਏ ਔਰ ਮੈਂ ਆਪ ਇਸ ਚੀਜ਼ ਨੂੰ ਆਪਣਾ ਮਤਲਬ ਮੈਂ ਗੁਨਾਹਗਾਰ ਸਮਝਦਾ ਕਿ ਮੈਂ ਲੈਂਗੁਏਜ ਦੇ ਉੱਤੇ ਫੋਕਸ ਨਹੀਂ ਕੀਤਾ ਠੀਕ ਆ ਜਿਹਦੀ ਡਿਫੀਕਲਟੀ ਹੁਣ ਮੈਨੂੰ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਦੇਖਣੀ ਪੈ ਰਹੀ ਆ ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰਾਂਗਾ ਕਿ ਲਾਜ਼ਮੀ ਉਹਦੇ ਉੱਤੇ ਲੈਂਗੁਏਜ ਉੱਤੇ ਫੋਕਸ ਕਰਨ ਲੈਂਗੁਏਜ ਹਾਂ ਬੇਸਿਕ ਲੈਂਗੁਏਜ ਉਹ ਬਹੁਤ ਜ਼ਿਆਦਾ ਇੱਥੇ ਐਕਸਪੀਰੀਅੰਸ ਲੈਂਗੁਏਜ ਨਹੀਂ ਤੁਹਾਡੇ ਕੋਲ ਪ੍ਰੋਫੈਸ਼ਨ ਇਸ ਪ੍ਰੋਫੈਸ਼ਨ ਦੀ ਮੰਗਦੇ ਜਿਸ ਦਾ ਕਮਿਊਨੀਕੇਸ਼ਨ ਲੈਵਲ ਤੱਕ ਤੁਸੀਂ ਅਗਰ ਕਰ ਰਹੇ ਹੋ ਮੋਰ ਦੈਨ ਇਹ ਤੁਹਾਡੇ ਜਿਹੜਾ ਵਾ ਸਮਝ ਲਓ ਕਿ ਤੁਹਾਡੇ ਵਰਕ ਤੋਂ ਤੁਹਾਨੂੰ सिर्फ और सिर्फ एक मेडिकल लाइसेंस मेडिकल एक उन्होंने क्या मेडिकल और एक साइको टेस्ट होंदा क्योंकि अपने को बी कैटागरी नहीं सी है ना ਉਹਦੇ ਸਾਈਕੋ ਟੈਸਟ ਤੁਹਾਨੂੰ ਦੇਣਾ ਪੈਂਦਾ ਹੈ ਸਾਈਕੋਲੋਜੀਕਲ ਟੈਸਟ ਜਿਹਨੂੰ ਕਹਿੰਦੇ ਆ ਮੈਂ ਉਹ ਵੀ ਕਰਵਾਇਆ ਬਟ ਮੈਂ ਫਿਰ ਇਹਨੂੰ ਲਾਇਸੈਂਸ ਨੂੰ ਚੇਂਜ ਨਹੀਂ ਕਰਵਾਇਆ ਠੀਕ ਹੈ ਮੈਂ ਉਸੇ ਤਰ੍ਹਾਂ ਹੀ ਆਪਣਾ ਬਿਜ਼ੀ ਹੋ ਗਿਆ ਆਪਣੇ ਇੱਦਾਂ
ਜੋ ਵੀ ਮੈਨੂੰ ਓਪਰਚੁਨਿਟੀ ਮਿਲੀ ਮੈਂ ਮੂਵ ਔਨ ਹੋਇਆ ਉਹਨਾਂ ਨੇ ਮੈਨੂੰ ਐਕਸੈਪਟ ਕੀਤਾ ਵੈਲਕਮ ਕੀਤਾ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਮੇਰੇ ਲਾਇਸੈਂਸ ਵਗੈਰਾ ਆਪਣਾ ਮੇਰਾ ਟੈਕੋਗ੍ਰਾਫ ਕਾਰਡ ਰੈਜੀਡੈਂਸ ਕਾਰਡ ਸਭ ਕੁਛ ਲੈ ਕੇ ਉਹਨਾਂ ਨੇ ਮੇਰਾ ਫੋਰੀ ਫੋਰੀ ਵਿਦ ਇਨ ਅ ਸੈਕਿੰਡ ਸਮਝ ਲਓ ਕਿ ਉਹਨਾਂ ਨੇ ਮਤਲਬ ਐਕਸੈਪਟ ਕਰਕੇ ਮੈਨੂੰ ਜਿਹੜਾ ਵਾ ਮਤਲਬ ਜੋਬ ਕੰਟਰੈਕਟ ਇਸ਼ੂ ਕਰ ਦਿੱਤਾ ਔਰ ਮੈਂ ਬੜਾ ਮੇਰੇ ਲਈ ਬਹੁਤ ਸਮਝ ਲਓ ਉਹ ਦਿਨ ਖੁਸ਼ੀ ਦਾ ਦਿਨ ਸੀਗਾ ਕਿ ਮੈਨੂੰ ਉਦੋਂ ਜ਼ਰੂਰਤ ਸੀਗੀ ਇਸ ਚੀਜ਼ ਦੀ ਇਸ ਲਈ ਮੈਨੂੰ ਅੱਛਾ ਲੱਗਾ ਬਹੁਤ ਮੈਂ ਮੈਸੇਜ ਆਪਣੀ ਕਮਿਊਨਿਟੀ ਨੂੰ ਇਹ ਦੇਣਾ ਚਾਹਾਂਗਾ ਅਗਰ ਕਿਸੇ ਕੋਲ ਉੱਥੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਚਾਹੇ ਉਹ ਈਯੂ ਦੇ ਵਿੱਚ ਕੋਈ ਵੀ ਕੰਟਰੀ ਸ਼ੈਂਗਨ ਕੋਈ ਵੀ ਕੰਟਰੀ ਹੈ ਚਾਹੇ ਉਹ ਗ੍ਰੀਸ ਲਾ ਲਓ ਉਹਦੇ ਵਿੱਚ ਤੁਸੀਂ ਲਾਟਵੀਆ ਲਿਥੁਆਨੀਆ ਕਿਤੇ ਵੀ ਬੈਠੇ ਹੋ ਜਿਹੜੀ ਸ਼ੈਂਗਨ ਜ਼ੋਨ ਚ ਆਉਂਦੀ ਹੈ ਈਯੂ ਚ ਆਉਂਦੀ ਆ ਠੀਕ ਅਸੀਂ ਹੁਣ ਇਨ ਹੋ ਕੇ ਬੈਨੀਫਿਟਸ ਦੇਖ ਰਹੇ ਹਾਂ ਵੀ ਇਹਦੇ ਇਹ ਬੈਨੀਫਿਟਸ ਵੀ ਆ ਜਿਹੜੇ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ ਇਹ ਹੋਣਗੇ ਵੈਰੀ ਥੈਂਕ ਯੂ ਸੋ ਮੱਚ ਮੁਜ਼ਫਰ ਬਾਈ ਤੁਹਾਡਾ ਜਿਹੜਾ ਮੈਸੇਜ ਦੇਣ ਲਈ ਜਿਹੜਾ ਤੁਹਾਡਾ ਜਿਹੜਾ ਮੈਸੇਜ ਹੈ ਨਾ ਇਹ ਮੈਸੇਜ ਨਹੀਂ ਗਾ ਤੁਹਾਡਾ ਇੱਕ ਦੁਆਵਾਂ ਆ ਜਿਹੜੇ ਆਪਣੇ ਵੀਰ ਆ ਜਿਹੜੇ ਆਪਣੇ ਸੋ ਮੱਚ ਤੁਹਾਡਾ ਮਾਸ਼ਾ ਅੱਲਾ ਬਹੁਤ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ ਅਤੇ ਸਬੱਬ ਬਣਿਆ ਜੀ ਅਤੇ ਆਪਣਾ ਤਾਂ ਇਹ ਆ ਵੀ ਇੱਦਾਂ ਨਹੀਂ ਗਾ ਵੀ ਆਪਾਂ ਰਿਲੀਜਨ ਦੇ ਕਰਕੇ ਆਪਾਂ ਇੱਕ ਦੂਜੇ ਨਾਲ ਬੰਧੇ ਹੋਏ ਹਾਂ ਆਪਣਾ ਸਿਸਟਮ ਹੈ ਜਿਹੜਾ ਮਰਜ਼ੀ ਬੰਦਾ ਹੋਵੇ ਜਿਹੜੇ ਮਰਜ਼ੀ ਰਿਲੀਜਨ ਦਾ ਹੋਵੇ ਆਪਾਂ ਉਹਦੇ ਨਾਲ ਉੱਦਾਂ ਦੇ ਹੋ ਜਾਈਦੇ ਰਾਈਟ ਅਤੇ ਵਧੀਆ ਲੱਗਾ ਜੀ ਥੈਂਕ ਯੂ ਸੋ ਮੱਚ ਤੁਹਾਡਾ ਰਾਈਟ ਜਿਹੜਾ ਬਲੌਗ ਹੈ ਜੀ ਆਪਣਾ ਹੁਣ ਆਪਾਂ ਸਮਾਪਤ ਕਰਦੇ ਹਾਂ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੁਹਾਨੂੰ ਮੈਸੇਜ ਦੇਣਾ ਸੀਗਾ ਜੀ ਆਪਣੇ ਮੁਜ਼ਫਰ ਬਾਈ ਦੇ ਥਰੂ ਕਿ ਜਿੱਦਾਂ ਆਪਣੇ ਵੀਰਾਂ ਦਾ ਬਹੁਤ ਜ਼ਿਆਦਾ ਮੈਸੇਜ ਅਤੇ ਸਵਾਲ ਸੀਗੇ ਜਿਨ੍ਹਾਂ ਦੇ ਉਮੀਦ ਕਰਦਾ ਤੁਹਾਡੇ ਸਵਾਲਾਂ ਦਾ ਜਵਾਬ ਇਸ ਬਲੌਗ ਦੇ ਥਰੂ ਮਿਲ ਗਿਆ ਹੋਵੇ ਜਿੱਦਾਂ ਜਿਹੜੇ ਪੋਲੈਂਡ ਹੈ ਜਾਂ ਲਿਥੁਆਨੀਆ ਕਿਸੇ ਵੀ ਯੂਰੋਪੀਅਨ ਕੰਟਰੀ ਦੇ ਵਿੱਚ ਤੁਸੀਂ ਪੁਰਚੁਗੀਜ਼ ਰੈਜੀਡੈਂਸੀ ਦੇ ਨਾਲ ਜਿਨ੍ਹਾਂ ਕੋਲ ਪੁਰਚੁਗੀਜ਼ ਰੈਜੀਡੈਂਸੀ ਹੈਗੀ ਹੈ ਅਤੇ ਤੁਹਾਡੇ ਕੋਲ ਲਾਇਸੈਂਸ ਉਸ ਕੰਟਰੀ ਦਾ ਤੁਸੀਂ ਕੰਮ ਕਰ ਸਕਦੇ ਹਾਂ ਦੇਖੋ ਮਿਸਾਲ ਹੈ ਆਪਣੇ ਸਾਹਮਣੇ ਜਿਹੜੇ ਕੰਮ ਆਲਰੇਡੀ ਕਰ ਰਹੇ ਇਸ ਕੰਪਨੀ ਦੇ ਵਿੱਚ ਪ੍ਰੀਮਾ ਫ੍ਰੀ ਤੁਸੀਂ ਕੰਮ ਕਰ ਸਕਦੇ ਤੁਸੀਂ ਐਕਸਚੇਂਜ ਵੀ ਕਰਾ ਸਕਦੇ ਹੋ ਡਿਪੈਂਡ ਕਰੋ ਤੁਹਾਡੀ ਆਪਣੀ ਵਿਸ਼ ਦੇ ਉੱਤੇ ਤੁਸੀਂ ਤੁਹਾਡੀ ਵਿਲ ਤੁਸੀਂ ਕਰਦੇ ਹਾਂ ਤੁਸੀਂ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ ਅਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਜੇ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਕਰਕੇ ਦੱਸੋ ਅਤੇ ਬਾਕੀ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇ ਤੁਸੀਂ ਨਵੇਂ ਵਿਊਵਰ ਹੈ ਅਤੇ ਜੇ ਤੁਸੀਂ ਪੁਰਾਣੇ ਹੈ ਤਾਂ ਤੁਹਾਡਾ ਥੈਂਕਸ ਕਰਦਾ ਮੈਂ ਤੁਸੀਂ ਹਜੇ ਤੱਕ ਵੀ ਜੁੜੇ ਹੋਏ ਹਾਂ ਅਤੇ ਨੈਕਸਟ ਵੀਡੀਓ 'ਚ ਮਿਲਦੇ ਤੁਹਾਨੂੰ ਕੁਛ ਨਾ ਕੁਛ ਨਵਾਂ ਲੈ ਕੇ ਉਦੋਂ ਤੱਕ ਅੱਲਾ ਹਾਫਿਜ਼ ਸਤਿ ਸ਼੍ਰੀ ਅਕਾਲ ਅਦਾਬ ਸਾਰਿਆਂ ਨੂੰ ਖਿਆਲ ਰੱਖੋ ਜੀ ਆਪਣਾ।